भूतनिया जी एक गाल मेरे जेन सोच ला केड़ी परेशानी वाली गाल भी है। अच्छा मेरा गला भी खराब हो गया है ते प्रोग्राम भी सोना लग गया। बिल्कुल हुण ए जेड़े चार ने आपा कमा लैण ए आपा या तां बह के खा लिसां क्योंकि प्रोग्राम तो हुण मेरी आवाज वाली ते गल कई। यार हिम्मत ना हार हो सकदा अपन कोई प्रोग्राम और मिल जावे। प्रोग्राम तो मिल जाने ना ए ते टेंशन तू ना ले लेकिन अगू गला काम नहीं करदा पिया दुआ ए कर कि कोई ऐसा इंसान मैनू लभ जावे जेड़ा गा सकदा होवे ਉਹਨੂੰ ਆਪਾਂ ਨਾਲ ਗਵਾ ਕੇ ਤੇ ਆਪਾਂ ਆਪਦੇ ਪ੍ਰੋਗਰਾਮ ਅਗਲੇ ਜਾਰੀ ਰੱਖ ਸਕਦੇ ਹਾਂ ਨਹੀਂ ਤਾਂ ਮੇਰੇ ਗਲੇ ਵੱਲੋਂ ਜਵਾਬ। ਗੱਲ ਤਾਂ ਤੇਰੀ ਠੀਕ ਹੈ ਸਿਰੇ ਸਾਡੇ 'ਚ ਤੂੰ ਹੀ ਗਾ ਸਕਦਾ ਨਾ ਮੈਂ ਗਾ ਸਕਦਾ ਨਾ ਉਹ ਗਾ ਸਕਦਾ ਐਵੇਂ ਗੱਲ ਹੈ ਤੇ ਬੰਦਾ ਹੁਣ ਕਿਹੜਾ ਸਾ ਲੱਭੀਏ ਦੱਸ। ਚਲੋ ਕੋਈ ਨਾ ਕੋਈ ਲੱਭ ਜਾਸੀ ਜੇ ਨਹੀਂ ਤਾਂ ਮੁੜ ਜੇ ਬੁੱਖ ਕਿਸਮਤ 'ਚ ਤਾਂ ਬੁੱਖ ਸਹੀ ਜੇ ਕੋਈ ਬੰਦਾ ਲੱਭ ਗਿਆ ਤਾਂ ਮੁੜ ਠੀਕ ਹੈ। ਚਲੋ ਹਾਂ ਗੁਜ਼ਾਰਾ ਤਾਂ ਕਰਨਾ ਹੀ ਹੈ ਹੁਣ। ਦੇਦੀ ਇੱਕ ਗਾਣਾ ਦੱਸਣਾ ਲੱਖ ਲਾਣਤੀ ਬਹਿਣ ਕੋਲ ਗਾਣਾ ਸੁਣਦਾ ਪਿਆ ਦੇਦੀ ਤੇਰੀ ਆਵਾਜ਼ ਬੜੀ ਚੰਗੀ ਤਾਂ ਸੁਣੋ ਆ ਗਾਣਾ। ਅੱਛਾ ਫਿਰ ਮੈਂ ਸੁਣਾਉਂਦੀ ਆ। ਉਹ ਮਾੜਾ ਤੇ ਮਾੜਾ ਸਹੀ ਯਾਰ ਜੂਏ ਉਹ ਕੁਝ ਵੀ ਉਹ ਹੋਵੇ ਸਾਡਾ ਪਿਆਰ ਜੂਏ ਭੋਲੇ ਦਾ ਕਿਉਂ ਮਾਏ ਦਾ ਗਿਲ ਕਰਾਂ ਮੈਂ ਤਾਂ ਲੱਖ ਵਾਰੀ ਬਿਸਮਿਲਾ ਕਰਾਂ ਹੋ ਬਿਸਮਿਲਾ ਕਰਾਂ ਫੇਰ ਫਿੱਟੇ ਮੋਈਆ ਬੇ ਸੁਰੀ ਆ ਕੇ ਐਂ ਗਾਣਾ ਗਾਵੀਦਾ ਹੈ ਗਾਣਾ ਤੈਨੂੰ ਮੈਂ ਸੁਣਾਈਨੀ ਆ। ਸੁਣਾ ਅੰਮਾ ਕਿਵੇਂ ਗਾਈਦਾ ਹੈ ਮੇਰੇ ਨਾਲ ਗਾਵੀ ਹੁਣ। ਚੰਗਾ ਸ਼ੁਰੂ ਕਰ। ਓ ਮਾੜਾ ਏ ਤੇ ਮਾੜਾ ਸਹੀ ਯਾਰ ਜੂਏ ਕੁਝ ਵੀ ਤਾਂ ਹੋਵੇ ਮੇਰਾ ਪਿਆਰ ਜੂਏ ਕਿਉਂ ਡੋਲੇ ਦਾ ਕਿਉਂ ਮਾਏ ਦਾ ਗਿਲ ਕਰਾਂ ਮੈਂ ਤਾਂ ਲੱਖ ਵਾਰੀ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਚੰਗੇ ਹੋਵਣ ਯਾਰ ਤੇ ਹਰ ਕੋਈ ਸੜਦਾ ਏ ਤਾਂ ਸਾਰਾ ਸ਼ਹਿਰ ਸੜੇ ਨਾਲ ਲੜਦਾ ਏ ਚੰਗੇ ਹੋਵਣ ਯਾਰ ਤੇ ਹਰ ਕੋਈ ਸੜਦਾ ਏ ਤਾਂ ਸਾਰਾ ਸ਼ਹਿਰ ਮੇਡੇ ਨਾਲ ਲੜਦਾ ਏ ਉਹ ਸਾਰਿਆਂ ਤੋਂ ਵੱਡਾ ਫਨਕਾਰ ਜੂਏ ਕੁਝ ਵੀ ਹੋਵੇ ਸਾਡਾ ਪਿਆਰ ਜੂਏ ਕਿਉਂ ਮਾਏ ਦਾ ਕਿਉਂ ਡੋਲੇ ਦਾ ਗਿਲ ਕਰਾਂ ਮੈਂ ਤਾਂ ਰਖਵਾਰੀ ਬਿਸਮਿਲਾ ਕਰਾਂ ਬਿਸਮਿਲਾ ਕਰਾਂ। ਵਾਹ ਵਾਹ ਤਾਂ ਕਰ ਚਾ ਵਾਹ ਬਈ ਵਾਹ ਆ ਦੇਖ ਹੁਣ ਅੰਮਾ ਕਿਨੇ ਗਾਇਆ ਈ ਕਿੰਨੀ ਪਿਆਰੀ ਆਵਾਜ਼ ਰਲ ਕੇ ਗਾਇਆ ਨੇ ਤਾਂ ਹਾਂ ਗਾਉਣਾ ਹੀ ਹੁੰਦਾ ਈ। ਜੇ ਅਗਰ ਮੇਰੇ ਗਲੇ ਤੇ ਤੁਸੀਂ ਭਰੋਸਾ ਕਰਕੇ ਬੈਠੇ ਰਹੇ ਤਾਂ ਤੁਸਾਂ ਵੀ ਭੁੱਖਿਆ ਮਰਨਾ ਤੇ ਮੈਂ ਵੀ ਭੁੱਖਿਆ ਮਰਨਾ। ਰੁਪਈਏ ਉਹ ਵੇੜ ਜਿਹੜੇ ਆਪਾਂ ਹੁਣ ਕਮਾਈ ਖਲੋਤੇ ਆ ਆਪਣੀ ਜੇਬ ਦੇ ਵੇਚਣ ਆਪਾਂ ਗਲਾਂ ਵਗੇ ਹਫ਼ਤਾ ਖਾ ਲੈ ਸਾਂ ਉਸ ਦੇ ਪਿੱਛੇ ਵਿਹਲੇ ਹੈ। ਬੰਦੇ ਨੂੰ ਆਦਿ ਟਰਾਈ ਕਰਦੇ ਰਹਿਣਾ ਚਾਹੀਦਾ ਕਿਸੇ ਸਿਆਣੇ ਬੰਦੇ ਆਖਿਆ ਡਰ ਕੇ ਆ ਕੇ ਜੀਤ ਹੈ। ਬਿਲਕੁਲ ਮੈਂ ਤੇਰੀ ਬੇਬੀ ਤੇ ਤੇਰੀ ਅੰਮੀ ਨਾਲ ਮੁਲਾਕਾਤ ਕਰ ਸਕਦਾ ਜਾਂ ਗੱਲ ਕਰ ਸਕਦਾ? ਮੈਂ ਅੰਮੀ ਚ ਬੇਬੀ ਚ ਪੁੱਛ ਕੇ ਦੱਸਾਂ ਐਵੇਂ ਨਹੀਂ ਨਾ ਅੰਦਰ ਤੈਨ ਲਾ ਜਾਂਦਾ। ਇਹ ਗੱਲ ਤੂੰ ਬੜੀ ਸਿਆਣੀ ਕੀਤੀ ਬੜਾ ਸਿਆਣਾ ਬਾਲ ਹੈ ਤੂੰ ਬਚ ਕੇ ਜਾ ਉਹਨਾਂ ਨੂੰ ਆਖ ਰਮਜੀ ਸਿਆਣਾ ਜਿਹੜਾ ਹੈ ਨਾ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਇਜਾਜ਼ਤ ਲੈ ਆ ਜਾ ਉਹਨਾਂ ਨਾਲ ਕੋਈ ਇਜਾਜ਼ਤ ਹੈ ਅੰਮਾ ਕੋ ਰਮਜੀ ਸਿਆਣਾ ਢੋਲ ਆਲਾ ਹੈ ਉਹ ਆ ਜਾ ਮੈਂ ਤੇਰੀ ਅੰਮਾ ਦੇ ਬੇਬੀ ਨੂੰ ਮਿਲਣਾ ਜਾਣਾ ਉਹਨੂੰ ਮੇਰਾ ਪੁੱਤਰ ਹੋਰ ਅੰਦਰ ਹੀ ਸਾਧ ਲਾ। ਅੱਛਾ ਮੈਂ ਸਾਧ ਲਿਆ ਜਾ ਸਾਧ ਲਿਆ। ਦੋਸਤੋ ਦੁਆ ਕਰੋ ਹੱਥ ਖੜੇ ਕਰਨ ਹੋ
ਤੇ ਦੁਆ ਕਰੋ ਕਿ ਆਪਣਾ ਕੰਮ ਹੋ ਜਾਵੇ ਆਪਣੀ ਰੋਜ਼ੀ ਰੋਟੀ ਅਗਾ ਟੁਰ ਪਵੇ ਪਲਾਨ ਮੇਰੇ ਨੂੰ ਸਮਝ ਤੱਕ ਗਿਆ ਹੀ ਉਸੇ ਬਿਲਕੁਲ ਚੰਗੀ ਤਰ੍ਹਾਂ ਸਮਝ ਗਈ ਤੂੰ ਵੀ ਸਮਝ ਗਿਆ ਆਓ ਮੇਰੀ ਅੰਮੀ ਜੇ ਦੇਦੀ ਆ ਜੀ ਤੈਨ ਅੰਦਰ ਆ ਜਾਓ ਓ ਬਿਸਮਿਲਲਾ ਬਿਸਮਿਲਲਾ ਆ ਜਾ ਆ ਜਾ ਅੰਮੀ ਰਸਮ ਅਸਲਾਮ ਅਲੈਕੁਮ ਮਾਂ ਜੀ ਵਾਲੇਕੁਮ ਸਲਾਮ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਕਹਿੰਦੇ ਆ ਜਾ ਆਪਣਾ ਆ ਦਾ ਗਾਰੀ ਸਮਝੋ ਕਿ ਮਾਂ ਜੀ ਮੈਂ ਸਿਰਫ ਇਹ ਗੱਲ ਪੁੱਛਣੀ ਚਾਹਨਾ ਕਿ ਅਸੀਂ ਇਥੋਂ ਗੁਜ਼ਰ ਰਹੇ ਹਾਂ ਤੇ ਗਾਣੇ ਦੀ ਆਵਾਜ਼ ਆ ਰਹੀ ਹੈ ਤੇ ਕੌਣ ਗਾ ਰਿਹਾ ਹੈ ਉਹ ਸਿੱਧੋ ਮੈਂ ਮਾਵਾਂ ਦੀਆਂ ਗਾਉਂਦੀਆਂ ਪਈਆਂ ਅੱਛਾ ਮਾਂ ਜੀ ਮੈਂ ਜਿਹੜਾ ਆ ਮਸਕੀਨ ਨਿਮਾਣਾ ਰਮਜੀ ਸਿਆਣਾ ਸ਼ੇਖ ਹਾਂ ਤੇ ਸ਼ਾਦੀਆਂ ਤੇ ਪਰਫਾਰਮੈਂਸ ਕਰਨਾ ਗੁਲੂਕਾਰੀ ਕਰਨਾ ਤੇ ਅੱਲਾ ਦੇ ਹੁਕਮ ਦੇ ਨਾਲ ਰੁਪਈਆਂ ਵਿੱਚ ਖੇਡਣਾ ਅਗਰ ਨਹੀਂ ਯਕੀਨ ਤੇ ਇਹ ਮੇਰੀ ਜੇਬਾਂ ਦੇ ਵਿੱਚ ਲੰਮੇ ਲੰਮੇ ਨੋਟ ਇਹ ਵੇਖੋ ਉੱਤੇ ਬਾਬੇ ਕਾਇਦੇ ਆਜ਼ਮ ਦੀ ਸੋਹਣੀ ਤਸਵੀਰ ਬਣੀ ਹੋਈ ਸੋਹਣੇ ਪਾਕਿਸਤਾਨ ਦੇ ਇਸ ਤਰੀਕੇ ਦੀਆਂ ਸਾਨੂੰ ਵੇਲਾ ਹੁੰਦੀਆਂ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਲੋਕ ਦੂਰੋਂ ਸਲਾਮ ਕਰਦੇ ਨੇ ਪੁੱਤਰਾ ਆ ਦਾ ਮਕਸਦ ਬਿਆਨ ਕਰ ਜਿਹੜਾ ਤੂੰ ਆਇਆ ਹੈ ਹਾਂ ਬੜੀ ਸੋਹਣੀ ਗੱਲ ਕੀਤੀ ਅੰਮਾ ਜੀ ਤੁਸੀਂ ਵੀ ਮਕਸਦ ਦੀ ਗੱਲ ਕਰਾਂ ਤੁਹਾਨੂੰ ਐਵੇਂ ਗੱਲ ਨੂੰ ਨਾ ਲਮਕਾ ਪਿਆ ਤੇ ਗੱਲ ਸਿੱਧੇ ਤਰੀਕੇ ਕਰ ਜਿਹੜੀ ਕਰਨੀ ਹੈ ਮੈਂ ਡਰਦਾ ਹੋਇਆ ਗੱਲ ਨਹੀਂ ਕਰਨਾ ਪਿਆ ਵੀ ਉਹ ਨਾ ਹੋਵੇ ਤੁਸੀਂ ਮੈਨੂੰ ਜੁੱਤੀਆਂ ਨਾਲ ਸ਼ੁਰੂ ਹੋ ਜਾਓ ਨਹੀਂ ਮੇਰੇ ਪੁੱਤ ਤੈਨੂੰ ਜੁੱਤੀਆਂ ਨਾਲ ਨਹੀਂ ਸ਼ੁਰੂ ਹੋਣੀਆਂ ਤੂੰ ਕੋ ਗੱਲ ਸਾਨੂੰ ਕਰ ਚੱਜ ਦੀ ਲਓ ਜੀ ਅੰਮਾ ਜੀ ਮੈਂ ਹੁਣ ਚੱਜ ਦੀ ਗੱਲ ਸ਼ੁਰੂ ਕਰਨ ਲੱਗਾ ਤੇ ਕਾਕਾ ਤੁਸੀਂ ਵੀ ਸੱਚੇ ਪੈਰ ਦੇ ਉੱਤੇ ਬਾਹਰ ਪਾ ਕੇ ਰੱਖਿਆ ਜੇ ਹੋ ਸਕਦਾ ਹੈ ਨਿਕਲਣਾ ਪੈ ਜਾਵੇ ਅੰਮਾ ਜੀ ਆ ਵੇਖੋ ਇਸ ਤਰੀਕੇ ਸਾਨੂੰ ਪੈਸੇ ਤੇ ਵੇਲਾ ਹੁੰਦਣ ਮੈਂ ਇਹ ਚਾਹਨਾ ਕਿ ਤੁਹਾਡੀ ਇਹ ਬੱਚੀ ਔਰ ਤੁਸੀਂ ਮੇਰੇ ਨਾਲ ਜਾਓ ਆਪਾਂ ਰਲ ਕੇ ਪ੍ਰੋਗਰਾਮ ਕੀਤੇ ਕਰੀਏ ਤੁਹਾਡੀ ਜਿੰਨੀ ਆਵਾਜ਼ ਖੂਬਸੂਰਤ ਹੈ ਮੈਂ ਨਾ ਅੱਜ ਦੇ ਦੌਰ ਦੇ ਵਿੱਚ ਕਮਾਲ ਦੀ ਆਵਾਜ਼ ਹੈ ਇਹੋ ਜਿਹੀ ਖੂਬਸੂਰਤ ਆਵਾਜ਼ ਸਦੀ ਦੇ ਵਿੱਚ ਕਦੀ ਕਦੀ ਨਿਕਲਦੀ ਹੈ ਕਦੀ ਕਦੀ ਖੂਬਸੂਰਤ ਆਵਾਜ਼ਾਂ ਵਾਲੇ ਲੋਕ ਪੈਦਾ ਹੁੰਦੇ ਨੇ ਤੇ ਕਦੀ ਕਦੀ ਫਿਰ ਫੌਤ ਹੋ ਜਾਂਦੇ ਨੇ ਫਿਰ ਸਦੀਆਂ ਬਾਅਦ ਹੀ ਉਹ ਜੇ ਫਨਕਾਰ ਪੈਦਾ ਹੁੰਦੇ ਨੇ ਜਿਸ ਤਰੀਕੇ ਦੀ ਇਹ ਆਵਾਜ਼ ਮੈਨੂੰ ਹੁਣ ਤੁਹਾਡੀ ਸੁਣੀ ਸੀ ਤੇ ਮੈਂ ਚਾਹਨਾ ਕਿ ਤੁਸੀਂ ਮੇਰੇ ਨਾਲ ਟਰੋ ਤੇ ਮੈਂ ਤੁਹਾਨੂੰ ਸਿਖਾਵਾਂਗਾ ਗਾਣਾ ਮਜ਼ੀਦ ਤੇ ਮਜ਼ੀਦ ਇਨਸ਼ਾਅੱਲਾ ਅੱਲਾ ਤੁਹਾਨੂੰ ਪੈਸਾ ਵੀ ਬੜਾ ਦੇਵੇਗਾ ਇੱਜ਼ਤ ਵੀ ਬੜੀ ਦੇਵੇਗਾ ਹਣੀ ਅੰਮਾ ਹੁਣ ਤੇਰੀ ਕੀ ਸਲਾਹ ਹੈ ਮੇਰੀ ਦੀ ਆਪਣੇ ਖਾਨਦਾਨ ਨੇ ਜਿੱਤ ਅੱਗੇ ਹੀ ਹੋ ਜਾ ਕੰਮ ਕਿਸੇ ਵੀ ਨਹੀਂ ਕੀਤਾ ਅੰਮਾ ਤੂੰ ਚੁੱਪ ਕਰ ਖਾਨਦਾਨ ਨੂੰ ਛੱਡ ਲੋਕੀ ਮੇਰਾ ਅਕਸਰ ਮੈਡਮ ਸੁਗਰੀ ਸਿੰਗਰ ਹੈ ਮੇਰਾ ਨਾਂ ਉਹ ਸੀ ਆਪਣੀ ਕੋਠੀ ਉਹ ਸੀ ਗੱਡੀਆਂ ਉਹ ਸਨ ਆਪਣੇ ਥੱਲੇ ਤੇ ਲੋਕੀ ਤੈਨੂੰ ਸਲਾਮ ਕਰ ਸਨ ਸੁਗਰੀ ਦੀ ਮਾਂ ਹੈਗੀ ਹੈ ਅੰਮਾ ਸਹੀ ਆ ਦੀਦੀ ਬੈਨ ਸੁਗਰੀ ਮੈਨੂੰ ਵੀ ਅਕਸਰ ਸੁਗਰੀ ਸਿੰਗਰ ਦਾ ਦਿਰਾ ਜਾਂਦਾ ਤੇ ਅੰਮਾ ਜੀ ਮੈਨੂੰ ਤੁਹਾਡੇ ਖਾਨਦਾਨ ਦੇ ਵਿੱਚ ਇਹ ਬੱਚਾ ਬੜਾ ਜ਼ਹੀਨ ਤੇ ਇਹ ਲੜਕੀ ਬੜੀ ਜ਼ਹੀਨ ਨਜ਼ਰ ਆ ਰਹੀ ਹੈ ਔਰ ਆਉਣ ਵਾਲੇ ਵਕਤ ਦੇ ਵਿੱਚ ਮੈਨੂੰ ਬਹੁਤ ਖੂਬਸੂਰਤ ਇੱਥੇ ਕੋਠੀ ਨਜ਼ਰ ਆ ਰਹੀ ਹੈ ਉਹ ਤੇ ਦੋ ਗੱਡੀਆਂ ਲੈਂਡ ਕਰੂਜ਼ਰਾਂ ਖੜੀਆਂ ਨਜ਼ਰ ਆ ਰਹੀਆਂ ਨਾਲ ਦੋ ਗਾਰਡ ਖੜੇ ਨਜ਼ਰ ਆ ਰਹੇ ਹਨ ਅੰਮਾ ਜੀ ਅਗਰ ਤੁਸੀਂ ਇਜਾਜ਼ਤ ਦੇ ਦਿਓ ਤੁਸੀਂ ਥੋੜਾ ਜਿਹਾ ਕਦਮ ਉਠਾਓ ਵੇਖਿਆ ਜੇ ਕਿਵੇਂ ਕਿਸਮਤ ਤੁਹਾਡੇ ਪੈਰਾਂ ਦੇ ਵਿੱਚ ਆ ਕੇ ਠਾ ਠਾ ਡੈਂਦੀ ਚੁੱਪ ਕਰਕੇ ਬਾਵੇ ਸਾਡੇ ਖਾਨਦਾਨ ਸਾਰੇ ਸਿਆਣ ਮੈਂ ਦੀਨ ਦਾ ਕੰਮ ਨਹੀਂ ਕਰਨ ਦਿੰਦੀ ਅੰਮਾ ਮੰਨ ਜਾ ਨਾ ਮੈਨੂੰ ਇੱਕ ਮਿੰਟ ਸੋਚਣ ਦਾ ਮੌਕਾ ਦੇ ਔਰ ਆਣ ਸੁਗਰੀ ਮੇਰੀ ਗੱਲ ਸੁਣ ਅੰਮਾ ਸੋਚਣਾ ਕੀ ਪਰ ਹਾਂ ਕਰੀਏ ਔਰ ਹਾਂ ਅੰਮਾ ਚੰਗਾ ਚੰਗਾ ਸੋਚੀ ਜਿਵੇਂ ਮੈਂ ਆਖਦਾ ਪਿਆ ਉਵੇਂ ਸੋਚੀ ਤਾਂ ਹੀ ਫਾਇਦਾ ਹੈ ਸੋਹਣਿਆ ਤਿੱਲੇ ਵਾਲੀ ਜੁੱਤੀ ਸੋਹਣੀ ਤੇਰੇ ਪੈਰਾਂ 'ਚ ਪਾਈ ਹੋਈ ਹੈ ਤੁਸੀਂ ਐਂ ਖੁੰਡੇ ਵਾਲਾ ਮੈਂ ਤਾਂ ਡਾਂਸ ਦਾ ਲਾਲ ਸਿੱਖਣਾ ਹੈ ਸ਼ਹਿਜ਼ਾਦਾ ਅੰਮਾ ਜਲਦੀ ਗੱਲ ਕਰ ਕੀ ਗੱਲ ਕਰਨੀ ਹੈ ਗੱਲ ਮੈਂ ਤੈਨੂੰ ਇਹ ਕਰੂੰਗਾ ਹਾਂ ਆਪਾਂ ਨੂੰ ਸ਼ਰੀਕ ਝਾਗਾ ਕਰਸਣ ਝਾਗਾ ਕਰਸਣ ਅੰਮਾ ਸ਼ਰੀਕਾਂ ਨੂੰ ਛੱਡ ਸ਼ਰੀਕ ਕਿਹੜੇ ਆਪਣੇ ਦਿਨ ਦੇ ਰਹਿੰਦੇ ਹੈਗੇ ਆਪਾਂ ਨੂੰ ਕੁਛ ਹੈ ਹੁਣ ਇਹ ਕੰਮ ਕਰ ਹਾਂ ਜਿਹੜਾ ਰਮਜ਼ੀ ਢੋਲ ਵਾਲਾ ਉਹਦੇ ਕੋਲ ਕੁਡਵਾਨ ਸਲਾਹ ਲਵੀਏ ਪੈਲੇ ਪਿੱਛੇ ਨਾ ਕੋਈ ਨਹੀਂ ਆਪਾਂ ਦੇਣੇ ਐਡਵਾਂਸ ਅੰਮਾ ਤੈਨੂੰ ਕਿਵੇਂ ਪਤਾ ਕਿ ਪਿੱਛੇ ਨਾ ਕੋਈ ਨਹੀਂ ਆਪਣੇ ਪੈਸੇ ਦੇਣੇ ਮੈਂ ਨਾ ਢੋਲਾ ਵਾਲਾ ਨਾਲ ਕਿ ਨੱਚਦੀ ਨੁੱਚਦੀ ਰਹੀ ਹਾਂ ਮੈਨੂੰ ਇਹਨਾਂ ਦਾ ਪਤਾ ਏ ਮੇਰਾ ਅਸਰ ਤੇਰੇ ਤੇ ਪਿਓ ਹੋਇਆ ਤਾਂ ਤੂੰ ਆ ਗਾਂਦੀ ਗੁੰਨੀ ਏ ਚੱਲ ਆ ਉਹਦੇ ਕੋਲ ਬਿਆਨਾ ਲਵੀਏ ਲੈਨੇ ਉਹਦੇ ਕੋਲ ਸਾਰੇ ਪੈਸੇ ਲੈ ਲੈਨੇ ਨਾ ਪਹਿਲੇ ਸਾਨੂੰ ਐਡਵਾਂਸ ਦੇ ਬਾਅਦ ਤੇ ਨਾ ਜਾਸਾਂ ਠੀਕ ਹੋ ਗਿਆ ਜਿਤਨੇ ਵੀ ਇਹ ਸਾਰੇ ਲੈ ਲਵੀਂ ਚੱਲ ਵੇ ਭਾਈਆ ਮੇਰੀ ਮਾਂ ਮੰਨ ਗਈ ਹੈ ਸਾਨੂੰ ਐਡਵਾਂਸ ਪੈਸੇ ਦੇ ਸੀ ਤੇ ਨਾਲ ਜਾਣੀ ਹੈ ਅੱਛਾ ਇਹ ਤਾਂ ਬਹੁਤ ਅੱਛਾ ਹੋ ਗਿਆ ਲਓ ਜੀ ਹੁਣ ਤੁਹਾਡੀ ਸਮਝ ਲਓ ਕਿਸਮਤ ਖੁੱਲ ਗਈ ਹੈ ਤੇ ਪੈਸੇ ਐਡਵਾਂਸ ਮੈਂ ਤੁਹਾਨੂੰ ਦੇ ਦੇਵਾਂਗਾ ਕੋਈ ਮਸਲਾ ਹੀ ਨਹੀਂ ਲੇਕਿਨ ਹੁਣ ਮੈਂ ਤੁਹਾਨੂੰ ਦੇਵਾਂਗਾ 5-10 ਹਜ਼ਾਰ ਰੁਪਇਆ
ਜੋ ਹੀ ਕੋਈ ਪ੍ਰੋਗਰਾਮ ਆਉਂਦਾ ਮੁੜ ਤੁਹਾਨੂੰ ਪ੍ਰੋਗਰਾਮ ਫੜਾਂਗੇ ਨਾਲੋ ਨਾਲ ਤੁਹਾਨੂੰ ਐਡਵਾਂਸ ਪੈਸੇ ਦੇ ਕੇ ਕਰਾਂਗੇ ਨਹੀਂ ਨਹੀਂ ਅਸੀਂ 5-10 ਨਹੀਂ ਲੈਣਾ ਹੋਰ 50-60 ਹਜ਼ਾਰ ਰੁਪਈਆ ਦੇ ਸਾਨੂੰ ਕੋਈ ਪ੍ਰੋਗਰਾਮ ਮਾਂ ਜੀ ਆ ਜਾਂਦਾ ਤੇ ਫੌਰਨ ਤੁਹਾਨੂੰ ਦੇ ਦਿਆਂਗੇ 50-60 ਹਜ਼ਾਰ ਦੀ ਕਿਹੜੀ ਗੱਲ ਹੈ 50-60 ਹਜ਼ਾਰ ਤਾਂ ਤੁਹਾਡੇ ਵਾਸਤੇ ਹੋਣਾ ਹੀ ਹੋਣਾ ਹੈ ਨਾ ਐਂ ਸਿਗਰਟ ਪੀਤੀ ਤੇ ਸੱਟ ਛੱਡੀ ਜਿਸ ਤਰ੍ਹਾਂ ਦੀ ਤੁਹਾਡੀ ਆਵਾਜ਼ ਰੁਪਈਏ ਐਂ ਉੱਡੇ ਕੀਤੇ ਕਰਨਗੇ ਜਿਵੇਂ ਹਨੇਰੀ ਦੇ ਵਿੱਚ ਛਾਪਰ ਉੱਡ ਦੇਣ ਹਾਂ ਅੱਜ ਲਓ ਤੁਸੀਂ ਪੈਸਿਆਂ 'ਚ ਖੇਡਸੋ ਪੈਸੇ ਹਾਂਜੀ बार चल के नहीं आंदी बुए ते कुड़िये ऐ जेड़ा शख्स बैठा ए तुहानू पत्थर तो हीरा बना देवेगा हीरा 50-60 ਹਜ਼ਾਰ तेरी अकल गुम हो जासे ये लो ठुमका लामना है फुल लाख लामना है तेरी हैरत गुम हो जासे ते उस टाइम फुल डब्बे चल से जिस टाइम फुल डब्बे चलन आप अमीर करोड़पति गड़िया अपने हेठ बेटा ओ गावन वाली भी होनी चाहिए डांसर दे नाल नाल आवाज ही बड़ी सुरीली है ते गा ही बड़ा सोहना लैंदी है अम्मा अज सिर बद्दी खलोता ना आदि भैन लिया के इनू दे होवेगा जल्दी जल्दी मान जावी नहीं तो ना मेरी सीट कोई और मान लवे चुप करो मैं वेखी बैठी हां ए किदे भी नहीं जांदा अपन 50-60 हज़ार रुपया देसी बयाना अम्मा होली बोल सुनदा ही किते माई जल्दी जल्दी फैसला करके मेनू सुना दे नहीं तो मेनू शागिर्दनी तैयार हां बिल्कुल मैं काका 50 हज़ार रुपया मेनू दे चा असी तेरे नाल जानी हां अच्छा एक दो तीन चार पाँच छः सात आठ नौ दस लो जी 50 50 हज़ार मौला बाशक चौधरी हेलो हाँ जी हाँ जी चौधरी साहब मैं बोलता पिया जी रमजी पिराई ठीक है जी मैं इतने थोड़े जे काम आया हुआ चौधरी साहब मेरा जरा गला खराब होया होया है ते इस वारी मैं तुहाडे नाल ऐसा प्रोग्राम करांगा तुहाडे सामने कि तुसी हैरान ते परेशान हो जाओगे अच्छा लो जी मुबारक होए प्रोग्राम भी आ गया जी ते हुने दस्ती प्रोग्राम ते जाना मेरी जी एडी करमा वाली है ऐदू तू बयाना बताया ते ऐदू तेनु नाल फंक्शन भी आ गया है हां गल तुहाडी सही है अम्मा जी ए ता एडी करमा वाली है ते मेनू दे दियो अल्लाह वास्ते दे दियो ताकि मेरी किस्मत उतां चढ़ जावे मेरा पोत्रो काम दी हद ते गल कर रिश्तेदारी ना गड चलो ठीक है फिर प्रोग्राम हुने चल के करना ते प्रोग्राम सोना चल के करना आ सारे पैसे तुसी ले लो क्योंकि प्रोग्राम बड़ा वड्डा प्रोग्राम है मैं जितनी बारी भी इस प्रोग्राम ते गया लखां रुपए लेके आया आ सारे पैसे मैं तुहाडे नजर करदा पिया जी असि नजर कबूल कर दिया पिया मैं पैसे फाड़ दे हेलो इथे बैठन रही अगा चलियो नो किसे होर नु सदा लवे नहीं होर नु ओने सदा दे उना दा इरादा ना बदल जावे आ जाओ You know me like the way I move it out. How when you move it, everybody go and crazy. Now move it out. You know me like the way I move it out. When it's all over, let's move, let's sing. When comes the Assalam alaikum. Oh, wa alaikum salam. Oh, mera sona batriya. हाँ चाचू सुना अल्लाह ने तेरे पोत्र दिता को रौनक मेला को नहीं है
अल्लाह दे बंदिया तेन पता था रौनक मेला जती ते ना होवे मैंने सुकून नहीं आ सकता माए पे आईया ने फोन ठोकी बैठा हुन आवन आले ने अच्छा ते गल ही मग गई मोड इधर रौनक लग से शरीका दी आसी दी ते सी आरे मोड और अच्छा आवन दे बड़ा जनन ए सदके हम दे पाए निके तुम हार आ आ आ जाओ आ जाओ चौधरी साहब बैठे हो रख लचने प्रोग्राम सोने कर देने जदा भी करने ऐसे कर देने के लोग याद कर सारी जिंदगी हाकी में बन रहा है याद छड़ जानी ने इस दुनिया चंगा की तैयार हो तो प्रोग्राम वास्ते कुड़ियां रख ली हां जी लो जी हुन करो करिए शुरू तुसी प्रोग्राम शुरू करो देर का दी चलो जी करो शुरू ओ बाऊ पहली वेल तो ला ला खुशी दी हां जी पहली वेल चाचे लू आएगी हां तो सब परेशान ना वो पैसा ना नवा दिसा तन अच्छा एक मैं गल पूछनी जाना जी गल पूछनी जाना कि खुशी का माहौल बढ़िया खड़ोता है मेहमान शेहमान तो है कोई नहीं तो सानू वेला कि तू हस रहा सी प्रोग्राम सिर्फ दो बंदे कोई करना सदो सारे पुराने बार वाह रमजी तेन पता होना चाहिए मैं जेड़े प्रोग्राम जाके बैठा मैं सारे मुल्क कला बारी होना प्रोग्राम बैठा किला बोंदा वेच के बैठा वो तो गल चौधरी साहब तुम्हारी सही है लेकिन हम दो बंदे आगे प्रोग्राम की परेशान ना हो इन्ने लोट दे सा तेरी तेरी सोच ही नहीं अच्छा चलो जी आपां नूं लोटा ना आपां नूं बंदे नाल नहीं साडी पर भावे एक भी बंदा ना होवे ऐसे नोट रख सके आपां ते आगे वगदी दे वो मेल दे वल्लां नूं याद करके पहली वेल पहली मेल जी सेरे गाने वाले दे नां दी वेल सेरे सेरे गाने वाला निक्का काका ओंदे नां दी वेल वड्डे चौधरी साहब दी वेल जनाब छोटे चौधरी मौला बस के दे ऐदे मैनू जमा कराओ ना जी मैं हां 1000 रुपए दी वेल बड़ी सोहनी 1000 रुपए दी मौला बस जी शुरू कर दो जी शुरू करो कुछ मसाओगे तो फिर पैसा दे छिट्टे 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 अभी काम अगर टोरो मैं फुल्ला दी सेज बने सांझ खारी मेरे तू आवे मैं फुल्ला दी सेज बने सांझ खारी मेरे तू आवे मैं कलिया ते चाले सण खारी मेरे तू आवे मैं फुल्ला दी सेज बने सांझ खारी मेरे तू आवे जगारी मेरे तू आवे मरना कोई नहीं मरिया वेखी जा मर गयो तो ढोल कुट ली सन कोई गरोला नहीं छोटे चौधरी साहब वड्डे चौधरी साहब बिलकुल हक की गल कर दे पैन बिलकुल नाल वाड गवाड फौतगी होवे ओंदा ख्याल जरूर रखना चाहिए है कि जेडे कोई नचण वाले आवन उनां नूं उनां दे वड्डा चौधरी चाहिए वड्डा चौधरी एक घंटा सानू और प्रोग्राम करन दे मोड़ असी प्रोग्राम बंद कर दिसा ओ तू इंसान बन के खलो इत्थे फौतगी असी ढोल नहीं बजाना
ਚਲੋ ਫਿਰ ਐਂ ਕਰੋ ਅਸੀਂ ਮਿਹਨਤ ਕਰਦੇ ਪਏ ਜਿਹੜੇ ਜਿਹੜੇ ਤੁਹਾਡੇ ਕੋਲ ਵੇਲਾਂ ਦੇ ਪੈਸੇ ਹੈ ਸਰਕਾਰ ਇਹ ਤਾਂ ਦੇ ਦਿਓ ਹਾਂ ਇਹ ਗੱਲ ਤੇਰੀ ਜਾਇਜ਼ ਹੈ ਜਿਹੜੀ ਤੂੰ ਖੁਸ਼ੀ ਨਾਲ ਦੇਣੇ ਹਨ ਹਾਂ ਉਹ ਦੇ ਦੇ ਤੁਸੀਂ ਦੇ ਦਿਓ ਚੌਧਰੀ ਸਾਹਿਬ ਤੁਸੀਂ ਵੱਡੇ ਚੌਧਰੀ ਹੋ ਸਾਰੇ ਦੇ ਕੋਈ ਤੁਸੀਂ ਦੇ ਦਿਓ ਗਰੀਬਾਂ ਨੂੰ ਜੀ ਹਾਂਜੀ ਇਹ ਬਹੁਤ ਜਾਓ ਕਿ ਇੱਧੇ ਹੀ ਆਪਣੇ ਹੁੰਦੇ ਨੇ ਤੁਹਾਡੀ ਤਾਂ ਵੱਡੀ ਵੇਲ ਆਉਣੀ ਚਾਹੀਦੀ ਪੂਰੇ 5000 ਰੁਪਏ ਦੀ ਜੀ ਜਿਹੜੀ ਹੁਣ ਮੈਂ ਵੇਲ ਤੇਰੀ ਕਰਾ ਸਾਂ ਨਾ ਤੂੰ ਯਾਦ ਕਰੇਗਾ ਉਹ ਦੇ ਦਿੱਤੀ ਓਏ ਆਪਣੇ ਮਹਿਮਾਨ ਬੂਹਤ ਹੈ ਖਲੈਂਚਾ ਰੋਲਾ ਛੜ ਸ਼ਰੀਕਾਂ ਤਮਾਸ਼ਾ ਨਾ ਵਿਖਾ ਆ ਠੀਕ ਹੈ ਮੈਂ ਤੁਸੀਂ ਜਾਓ ਚਲੋ ਚਲੋ ਆ ਜਾਓ ਇਹਨਾਂ ਹੀ ਪ੍ਰੋਗਰਾਮ ਬੜਾ 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 ਅੱਲਾ ਨੇ ਦੇ ਦਿੱਤਾ यकीन कर दे तेरा बदरिया रहेगी आई हूं माए मरना दिता तो मैं छोर लाए ना दे कोई मसला नहीं गल कर लेने चाचा तेन तो पता है जेड़ी गल ताए नाल करना क्योंकि आप बेली भी है तो तू चाचा मैं बतरिया सारिया गल ताए नाल बिल्कुल मशवरा दे की करिए तो जनाब आप दो किले बोए दे वेच दिसा आया जेड़ी शम गया ने आप दिसा छोड़ डाटी सोनी है मां मरता गतियां था मेरे मुंह तो पानी आया चलिए मगरे गल करिए चल जी में मोर नहीं ओ है चलिए मगरे मगरे चलिए आजा है रिश्ता मंगिए हां चल मोर मैं जुत्ती ले सा ला तेन हूं हिस्से गिण के दसा फदा इन 500 रुपया चल उठ जा ठीक है अगर तू गल हो याद रखी अपनी गल चल दफा हो लो जी यह 1000 रुपया बनता है जी ये मैं तुम्हें दे दिना पे हाथ बन के तुम जा सकते ने बड़ी मेहरबानी हूँ अगला प्रोग्राम होया तो मैं तुम्हें पहले ही दस छ लो जी मैडम जी ए जो लक्ष्मी है ये मैं सारी तुहाडे नज़र करदा पिया ए फड़ो ते मैं एक गल करनी चाहना अम्मा जी अम्मा जी हाँ जी हाँ जी मैं एक गल करनी चाहना इधर जरा तवज्जो मेरे हल्ले करो कार मेरे पुत्र कार गल मैं चाहना कि इंदा ते मेरा सितारा गया रल ते हमेशा वास्ते सितारा रलया रवे ते एवें लक्ष्मी दी बारिश हुंदी रवे ए रौनकां लगदियां रहन एवें नोट डिगदे रवन अपना बेड़ा भरया जावे तेरा मकसद की है सीधी गल कर सीधी ते पतरी गल मां जी ए है कि इंदा ते मेरा निकाह बिगाड़ दे बेटा का होश तो काम लाए जुमा ते जुमा आड़ देने हो तू मेरे दी रिश्ता मंगी खड़ा नी अम्मा दरअसल ना इंदा ते मेरा गया सतारा राल ते सारा तू निकाह कर दे वे ढोल आ लिया एक गल लई जेड़े तेरे सारे पैसे होने ना वो तू मैं दित्ती करने ते मैं तेरा खर्चा तैं दित्ती कर सा ठीक है मैनू मंजूर है मैनू कबूल है कबूल है आज तो बाद तू साडे घर दा जवाई भाई हो गया ते हुण सारे कारोबार तेरे सिर ते नी बिल्कुल ठीक है ओ मैं आना बिल्कुल ठीक है दरवाजा खड़कदा पिया जा निकाह खोल चीने आ जा बुआ खोल तू निकाह नहीं चीना नहीं जावेगा अच्छा तू जा सा तू वड्डा हो तो इस घर दा जवाई है तेरा फर्ज बनदा बुआ खोलना बिल्कुल ठीक है मैनू चाहिए हर शय दा सामना करना बिल्कुल ठीक है वो तो इन तू जुत्ती दी नोक दुत्ते रखना ही ए फिर आई है ही अम्मा तू टेंशन ना ले मेरा नाम भी सुगरी है चौधरी साहब तुसी पानी ठंडा कूलर कोई नहीं करे गनिया गल कर फिर आई पर आओ लो कर लो गल चौधरी धक्केशाही करदा बिस्मिल्ला करा चौधरी साहब आ गए ने बह जो चंगा चौधरी साहब बह जो चौधरी साहब
बोतल पीसो के पानी पीसो। असी कुछ भी नहीं पींदे, असी कोई जरूरी गल करन आए हैं। चौधरी साहब जी प्रोग्राम दी कोई गल है तो डायरेक्ट मेरे नाल करो, क्योंकि मैं समझ लो मैनेजर हां। चुप करके खड़ो बड़ा मैनेजर। चौधरी साहब हुक्म करो, किवें आए हो? तेरिया दी मैनू पसंद आ गई ते रिश्ता लावण आए बैठे हैं। चौधरी साहब अस तक कमी कमी ना है, तोड़े साथ रिश्ता जुड़ता है? ना ना बिल्कुल नहीं जुड़ता, ए तो हम बस दिखाने करने वाली गल है। चुप कर तक लो, तेरी जबान छिक ते मैं तली रख देसा। ठीक है जी, मैं चुप कर जाना, मेरी जबान छिक के तली ते ना रखे जे, क्योंकि यो साडी रोजी रोटी है जबान। अच्छा भाई गल सुन तू मेरी, 5 किलो तेरी दी दे ना जमीन कराइना ते एक शहर च कोठी ना कराइना, ए रिश्ता मैं दे च। शुक्र मेरे दे, की ख्याल है तेरा? अम्मा मेरा ख्याल तो यह आप जरूरी नचन गावन वाला काम करना है। 5 किले जमीन भी लभदी पैगी, कोठी भी लभदी पैगी, सुकून नाल इज्जत नाल वेख रोटी खसाए पईआं। सुगरी तेरे तो मेरे तो सितारे रह दे ना। सितारे दफावण तेरे मेरे सितारे, मेरा सितारा तो ऐदे अटैच होया खलोता है। हयाती है नहीं हयाती है जीवे। चल फिर आइए बज जा इथों चल। अच्छा साहब तुम ऐ करो, शादी इन्हे नाल कर लो, लेकिन नचण गावन वास्ते तुसी मैनू दे दो, क्योंकि साडा रोजी रोटी चलदा रहेगा। तेरे मैं खुद ही लेता रहा देवा, चल भाग जा इथू। अम्मा जी मैं भाग जावा मोड़? चल मैं तो भाग जा, कुत्ते बिराई आके। मैडम सुगरी मैं चला जावा। ते जा किन्ने रोकने आएगा तू, दोबारा वेख के बिना साडे घर ले लेन ता की काट के ते दीवार दे नाल टांग दे सा तेरिया। अच्छा जे नहीं तो फिर मेरे पैसे दो जेड़े मेरे को एडवांस तुसी लाए होए। पैसे तेरे हूने देनी है, पैसे मंगता पैसे कोड़ा शाबाश शाबाश नहीं सोना किता ने सोना। चौधरी साहब हाकी में बनता डीट बन के खलोते आया। चौधरी साहब हम निकाह कदों करना ही? निकाह तो होने ही करना है, लेकिन को चाह पानी तो पिवाओ, तुहाडे घर आए बैठे हैं। की बने? ओ चंगा कीता ही आ गए हैं यार, उन्हें तो मेरी बड़ी बेइज्जती की थी, मैनू लित्तर मार के उन्हें बजाया है। कोई गल नहीं उन्हें ठीक कीता है, तू मेरे नाल जी बेईमानी की थी, तेरे नाल होना ही इवें चाहिदा है। ए तेरी भी गल ठीक है, चलो आप मुड़ भी आखिर पुराने संगी हैं यार, एक दूसरे का एहसास करना चाहिए, आप हिम्मत नहीं हारांगे, आप टुरांगे, अगर प्रोग्राम करांगे, एक नाम बनेगा अपना। ओ तेरे को जेड़ी है बहन तो दसदा पया, मेरी बहन है बड़ा खूबसूरत गांदी भी है, डांस भी करती है, ते आप ओनु नाल लेके प्रोग्राम शुरू कर ले। मेरी गल सुन, ये बहन वाला सब कूड़े, मैं तो सिर्फ तैश देवण वास्ते उन्ना नु तां ये गल कीती है। अच्छा हां। ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।